ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ। ਕੱਲ ਸਿਨੇਮਾ ਘਰਾਂ ਦੇ ਵਿੱਚ ਬਿਨੀਅਨ ਫੈਮਿਲੀ ਫਿਲਮ ਜਿਹੜੀ ਜੀ ਕੀ ਕਹਿਣਾ ਚਾਹੋਗੇ, ਕਿਉਂਕਿ ਤਿੰਨੋਂ ਜਨਰੇਸ਼ਨ ਉੱਪਰ ਫਿਲਮ ਬਣੀ ਹੈ, ਯੰਗਸਟਰਸ ਜਿਹੜੀ ਅੱਜ ਦੀ ਜੈਨਜ਼ੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਜਨਰੇਸ਼ਨ ਹੈ, ਔਰ ਸਾਡੇ ਪੇਰੈਂਟਸ ਜਿਹੜੇ ਨੇ ਔਰ ਸਾਡੇ ਗ੍ਰੈਂਡ ਪੇਰੈਂਟਸ ਜਿਹੜੇ ਨੇ, ਇਹਨਾਂ ਦੇ ਵਿੱਚ ਇੱਕ ਕਮਿਊਨੀਕੇਸ਼ਨ ਗੈਪ ਦਿਖਾਇਆ ਗਿਆ ਹੈ ਨਾ, ਔਰ ਉਹ ਚੀਜ਼ਾਂ ਕਿਵੇਂ ਜ਼ਿੰਦਗੀ ਦੇ ਉੱਪਰ ਇਫੈਕਟ ਪਾਉਂਦੀਆਂ ਨੇ ਫਿਲਮ ਦੇ ਵਿੱਚ ਬਾਖੂਬੀ ਦਿਖਾਇਆ ਗਿਆ। ਬਹੁਤ ਅੱਛਾ ਲੱਗਾ ਮੈਨੂੰ ਤਾਂ, ਸਾਰੀ ਪਿਕਚਰਾਂ ਤੋਂ ਸਭ ਤੋਂ ਬੈਸਟ ਪਿਕਚਰ ਲੱਗੀ ਹੈ ਕਿ ਕੁਝ ਸਿਖਾਇਆ ਤਾਂ ਹੈ ਨਾ, ਐ ਨਹੀਂ ਨੱਚ ਲਓ ਗਾ ਲਓ ਯੇ ਕਰ ਲਓ ਪਿਕਚਰਾਂ ਗਾਣੇ ਗਾ ਲਓ ਜਾਂ ਗਲਤ ਚੀਜ਼ਾਂ ਦਿਖਾ ਦਿਓ, ਨਹੀਂ ਇਹ ਇੰਨੀ ਅੱਛੀ ਪਿਕਚਰ ਸੀ ਕਿ ਸਭ ਦੇ ਅੱਖਾਂ 'ਚ ਆਂਸੂ ਆਏ, ਸਭ ਦੇ ਅੱਖਾਂ 'ਚ, ਔਰ ਪਿਆਰ ਵਾਲੇ ਆਏ ਆ ਕਿ ਦੇਖੋ ਸਾਰੇ ਬੱਚੇ ਇੱਦਾਂ ਦੇ ਹੋਣ ਕਿ ਉਹਦੇ ਨਾਲ ਕੀ ਮੈਂ ਕਹਿੰਦੀ ਹਾਂ ਜਿਹੜੇ ਓਲਡ ਲੇਡ ਸਾਡੇ ਵਰਗੇ ਓਲਡ ਲੇਡੀਜ਼ ਜਾਂ ਜੈਂਟਸ ਹੈ ਕਿ ਉਹਨਾਂ ਨੂੰ ਕਿ ਜੀਣ ਦੀ ਆਸ਼ਾ ਮਿਲੇ। ਜੀ ਮੈਂ ਜ਼ਰੂਰ ਤੁਹਾਡੇ ਕੋਲ ਵੀ ਪੁੱਛਣਾ ਚਾਹੂੰਗੀ ਮੈਮ, ਕਿਹੋ ਜਿਹੇ ਇਮੋਸ਼ਨਸ ਨੇ ਇਸ ਵੇਲੇ, ਕਿਉਂਕਿ ਫਿਲਮ ਦੇ ਵਿੱਚ ਇੰਨੇ ਸਾਰੇ ਇਮੋਸ਼ਨਸ ਦਿਖਾ ਗਏ, ਮੈਨੂੰ ਲੱਗਦਾ ਕਿ ਥੀਏਟਰ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਸੀਗੇ ਹਰ ਸਭ ਰੋ ਰਹੇ ਸੀ, ਹਰ ਕਿਸੇ ਦੀ ਅੱਖ ਨਾਮ ਹੋਈ ਹੈ, ਕੀ ਕਹਿਣਾ ਚਾਹੂੰਗੇ? ਪਹਿਲੀ ਗੱਲ ਤਾਂ ਮੈਮ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਇਹ ਮੂਵੀ ਬਣੀ ਆ ਇੱਕ ਫੈਮਿਲੀ ਮੂਵੀ ਆ, ਔਰ ਮੈਂ ਬਹੁਤ ਦੇਰ ਬਾਅਦ ਇੱਦਾਂ ਦੀ ਮੂਵੀ ਦੇਖੀ ਆ, ਪਤਾ ਨਹੀਂ ਅਸੀਂ ਭੁੱਲ ਗਏ ਹੋਏ ਹਾਂ ਫੈਮਿਲੀ ਮੂਵੀਜ਼ ਨੂੰ, ਔਰ ਮੈਂ ਤਾਂ ਇੱਕ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਮੂਵੀਜ਼ ਬਣ ਇੱਦਾਂ ਦੀਆਂ ਹੀ ਬਣ, ਬਿੰਨੀ ਐਂਡ ਫੈਮਿਲੀ, ਔਰ ਬਹੁਤ ਜ਼ਰੂਰਤ ਆ ਬੱਚਿਆਂ ਨੂੰ ਇਸ ਟਾਈਮ ਜਿਹੜਾ ਜਨਰੇਸ਼ਨ ਗੈਪ ਚੱਲ ਰਿਹਾ ਇਹ ਜਨਰੇਸ਼ਨ ਗੈਪ ਕੱਟ ਕਰਨਾ ਚਾਹੀਦਾ, ਬੱਚੇ ਵੀ ਪੇਰੈਂਟਸ ਦੀ ਕਦਰ ਕਰਨ, ਪੇਰੈਂਟਸ ਨੂੰ ਸਮਝਣ, ਪੇਰੈਂਟਸ ਨੂੰ ਟਾਈਮ ਦੇਣ, ਜਿਸ ਤਰ੍ਹਾਂ ਕਿ ਬਿੰਨੀ ਨੇ ਕੀਤਾ। ਬਿੰਨੀ ਨੇ ਪਹਿਲਾਂ ਉਹ ਸੋਚਦੀ ਸੀ ਕਿ ਸ਼ਾਇਦ ਇਹ ਦਾਦਾ ਜੀ ਦਾ ਇੱਕ ਬਰਡ ਹੈ ਨਾ, ਅਤੇ ਪਰ ਬਾਅਦ 'ਚ ਉਹਨੂੰ ਜਦੋਂ ਰਿਲਾਈਜ਼ ਹੋਇਆ ਇਹ ਇੱਕ ਤਾਂ ਬਿੰਨੀ ਦਾ ਵੀ ਕਹਿ ਸਕਦੇ ਹਾਂ, ਦੂਸਰਾ ਪੇਰੈਂਟਸ ਨੂੰ ਵੀ ਚੇਂਜ ਹੋਣ ਦੀ ਜ਼ਰੂਰਤ ਆ, ਜਿਹੜਾ ਕਿ ਇਸ ਟਾਈਮ ਚੱਲ ਰਿਹਾ ਮੀਡੀਆ ਦੇ ਨਾਲ, ਮੈਨੂੰ ਲੱਗ ਰਿਹਾ ਕਿ ਇਸ ਲੋਕਾਂ ਨੂੰ ਵੀ ਜੁੜਨ ਦੀ ਜ਼ਰੂਰਤ ਆ, ਸਾਨੂੰ ਬੱਚਿਆਂ ਕੋਲ ਵੀ ਸਿੱਖਣ ਦੀ ਜ਼ਰੂਰਤ ਆ। ਇਹ ਕਦੇ ਨਾ ਸੋਚੋ ਕਿ ਅਸੀਂ ਬਹੁਤ ਵੱਡੇ ਹਾਂ, ਅਸੀਂ ਸਿਰਫ ਬੱਚਿਆਂ ਨੂੰ ਹੀ ਸਿਖਾਉਣਾ, ਸਾਨੂੰ ਬੱਚਿਆਂ ਕੋਲ ਵੀ ਸਿੱਖਣ ਦੀ ਜ਼ਰੂਰਤ ਆ, ਬੱਚਿਆਂ ਦੀ ਫੀਲਿੰਗ ਦੇਖਣੀਆਂ ਪੈਣਗੀਆਂ, ਬਹੁਤ ਹੀ
ਬੜੀਆ ਮੂਵੀ ਔਰ ਮੈਂ ਥੈਂਕਸ ਕਰਦੀ ਹਾਂ ਜਿਨ੍ਹਾਂ ਨੇ ਇਹ ਮੂਵੀ ਬਣਾਈ ਆ, ਮਜ਼ਾ ਆ ਗਿਆ, ਵੈਰੀ ਗੁੱਡ, ਬਹੁਤ ਅੱਛਾ, ਥੈਂਕ ਯੂ ਥੈਂਕਸ ਕਰਦੇ ਹਾਂ, ਬਹੁਤ ਅੱਛਾ ਲੱਗਿਆ, ਥੈਂਕ ਯੂ ਸੋ ਮਚ। ਬਿਲਕੁਲ ਮੈਮ, ਮੈਂ ਦੋ ਵਜੇ ਤੁਹਾਡੇ ਕੋਲੋਂ ਜ਼ਰੂਰ ਸੁਣਨਾ ਚਾਹੂੰਗੀ, ਤੁਸੀਂ ਪਲੀਜ਼ ਆਓ, ਕਿਉਂਕਿ ਤੁਹਾਡੀਆਂ ਅੱਖਾਂ ਦੇ ਵਿੱਚ ਆਂਸੂ ਸੀਗੇ ਉਸ ਵੇਲੇ ਤੁਸੀਂ ਸੀੜੀਆਂ ਤੋਂ ਉਤਰ ਰਹੇ ਹੋ ਔਰ ਇੰਨਾ ਜ਼ਿਆਦਾ ਇਮੋਸ਼ਨਲ ਫੀਲ ਕਰ ਰਹੇ। ਮਨ 'ਚ ਨਾ ਬਹੁਤ ਕੁਝ ਚੱਲ ਰਿਹਾ ਸੀ ਔਰ ਮੇਰੇ ਦਿਲ ਨੂੰ ਛੂ ਰਹੀ ਸੀ ਹਰ ਬਲਡਿੰਗ, ਹਰ ਮੇਰੇ ਬਿਲ ਇੰਟਰਵਲ ਤੋਂ ਬਾਅਦ ਮੈਂ ਇੱਕ ਮਿੰਟ ਨਹੀਂ ਰੁਕੀ, ਬਹੁਤ ਜ਼ਿਆਦਾ ਮੇਰੇ ਦਿਲ ਨੂੰ ਛੂਈ ਹੈ ਪਿਕਚਰ ਔਰ ਮੈਂ ਘਰ ਜਾ ਕੇ ਬੱਚਿਆਂ ਨੂੰ ਵੀ ਭੇਜੂੰਗੀ ਆ ਕੇ ਪਿਕਚਰ ਦੇਖੋ। ਥੈਂਕ ਯੂ ਸਰ, ਤੁਸੀਂ ਵੀ ਬਹੁਤ ਜ਼ਿਆਦਾ ਇਮੋਸ਼ਨਲ ਹੋ ਰਹੇ ਹੋ ਇਸ ਵੇਲੇ, ਕੀ ਫੀਲਿੰਗਸ ਨੇ ਫਿਲਮ ਨੂੰ ਦੇਖ ਕੇ? ਇਸ ਤਰ੍ਹਾਂ ਮੈਡਮ, ਪਹਿਲਾਂ ਅਸੀਂ ਬੱਚੇ ਖਰਾਬ ਕਰ ਲੈਂਦੇ ਆਪ, ਇਸ ਪਿਕਚਰ ਨੇ ਇਹ ਦੱਸਿਆ ਹੈ ਵੀ ਇਹ ਜਿਹੜੇ ਅਸੀਂ ਬੜੇ ਆਪਣੇ ਹਾਈ ਪ੍ਰੋਫਾਈਲ ਬੰਦੇ ਹਾਂ, ਅਸੀਂ ਪਾਰਟੀ 'ਚ ਜਾਂਦੇ ਹਾਂ, ਮੈਡਮ ਸੁਣ ਕੇ ਜਾ ਜਰਾ, ਵੀ ਅਸੀਂ ਬੜੇ ਹਾਈ ਪ੍ਰੋਫਾਈਲ ਬੰਨੇ ਹਾਂ, ਪੇਰੈਂਟਸ ਅਸੀਂ ਕਹਿੰਦੇ ਵੀ ਅਸੀਂ ਪਾਰਟੀ 'ਚ ਜਾਵਾਂਗੇ, ਕਿੱਟੀਆਂ 'ਤੇ ਜਾਵਾਂਗੇ, ਅਸੀਂ ਬੇੜਾ ਬੱਚਿਆਂ ਦਾ ਆਪ ਗਰਕ ਕਰਦੇ ਹਾਂ। ਹੁਣ ਉਹ ਜਿੱਦਾਂ ਲੜਕੀ ਸਿਗਰੇਟ ਪੀ ਰਹੀ ਹੈ, ਆਪਣੇ ਉਹਦੇ ਫਰੈਂਡ ਬੋਏਫ੍ਰੈਂਡ ਦੇ ਨਾਲ ਉਹਦਾ ਬੈਂਡ ਉੱਠਣੇ, ਅਸੀਂ ਪੇਰੈਂਟਸ ਖੁਦ ਪਾਰਟੀਆਂ 'ਤੇ ਜਾ ਜਾ ਕੇ ਦਿਖਾਇਆ ਪਿਕਚਰ ਦੇ ਵਿੱਚ ਵੀ ਅਸੀਂ ਇਸ ਤਰੀਕੇ ਨਾਲ ਜਿਹੜੀਆਂ ਚੀਜ਼ਾਂ ਨਹੀਂ ਅਸੀਂ ਕਰਨੀਆਂ ਉਹ ਇਸ ਤਰ੍ਹਾਂ ਆਪਣੇ ਫਾਦਰ ਕੋਲ ਪੇਰੈਂਟਸ ਕੋਲ ਵੀ ਲਗਾ ਰਹੇ ਹਾਂ, ਜਿਸ ਤਰ੍ਹਾਂ ਦਿਖਾਇਆ ਵੀ ਉਹਨਾਂ ਨੇ ਕੰਧਾਂ 'ਤੇ ਦੀਵਾਰਾਂ 'ਤੇ ਫੋਟੋਆਂ ਕਿਸ ਤਰ੍ਹਾਂ ਦੀਆਂ ਲਗਾਈਆਂ, ਸ਼ਰਾਬ ਦੀਆਂ ਲਗਾਈਆਂ, ਇਹ ਚੀਜ਼ਾਂ ਦੇਖੋ, ਇਹ ਚੀਜ਼ਾਂ ਈਵਲਸ ਨੇ, ਈਵਲਸ ਨੂੰ ਅਸੀਂ ਹਾਈਲਾਈਟ ਕੀਤਾ, ਲੁਕਾਇਆ, ਪੇਰੈਂਟਸ ਕੋਲ ਲੁਕਾਇਆ, ਉਹਦਾ ਖਮਿਆਜ਼ਾ ਅਸੀਂ ਭੁਗਤਿਆ, ਪੇਰੈਂਟਸ ਨੂੰ ਉਹਦਾ ਖਮਿਆਜ਼ਾ ਭੁਗਤਣਾ ਪਿਆ, ਮਾਂ ਗੁਆ ਗਏ, ਗੁਆਈ ਨਾ ਮਾਂ, ਹੁਣ ਉਹਨੂੰ ਜਦੋਂ ਰੁੱਸ ਕੇ ਚਲਾ ਗਿਆ ਪਿਓ, ਉਹਦਾ ਪਿਓ ਮਾਂ ਪਿਓ ਨੂੰ ਫਿਰ ਲੱਗ ਗਿਆ ਵੀ ਦੋਹ ਨੂੰ ਵੀ ਲੱਗ ਗਿਆ, ਪਿਓ ਵੀ ਗਿਆ, ਇਹ ਤਾਂ ਕੁਦਰਤੀ ਕੁੜੀ ਨੂੰ ਅਕਲ ਆ ਗਈ, ਬੱਚੀ ਨੂੰ ਅਕਲ ਆ ਗਈ, ਬੇਟੀ ਨੂੰ ਵੀ, ਇਹ ਚੀਜ਼ਾਂ ਗਲਤ ਨੇ। ਰਿਅਲਾਈਜ਼ ਕੀਤਾ ਨਾ ਉਹਨੇ ਸਿਗਰਟ ਵੀ ਸੁਟਵਾਈ ਉਹਦੇ ਕੋਲ, ਉਹਨੇ ਸਿਗਰਟ ਵੀ ਸੁਟਵਾਈ ਨਾ ਉਹਦੇ ਕੋਲੋਂ, ਚੱਕ ਕੇ ਥੋੜ੍ਹੀ ਸਿਗਰੇਟ ਵੀ ਸੁੱਟੀ, ਅਸੀਂ ਪੇਰੈਂਟ ਖੁਦ ਕਸੂਰਵਾਰ ਹਾਂ ਆਪਣੇ ਬੱਚਿਆਂ ਦੇ, ਅਸੀਂ ਬੱਚਿਆਂ ਦੇ ਅਸੀਂ ਬਿਲਕੁਲ ਉਹਨਾਂ ਨੂੰ ਦੇਖਦੇ ਹੀ ਨਹੀਂ ਕੀ ਕਰ ਰਹੇ ਹਾਂ, ਔਰ ਬੱਚਿਆਂ ਅੱਗੇ ਬੋਲ ਨਹੀਂ ਪਾ ਰਹੇ ਸੀ ਪੇਰੈਂਟਸ, ਦੇਖਿਆ ਸੀ ਬੱਚਿਆਂ ਅੱਗੇ ਮਾਂ ਪਿਓ ਬੋਲ ਨਹੀਂ ਪਾ ਰਹੇ ਸੀ, ਬਸ ਹੋ ਗਈ ਸੀ ਮਾਂ ਪਿਓ ਦੀ, ਉਹ ਕਹਿੰਦੇ ਵੀ ਹੱਥ ਖੜੇ ਆ। ਮਤਲਬ ਇਹ ਜਿਹੜਾ ਜਨਰੇਸ਼ਨ ਗਿਆ, ਬੱਚੇ ਨਵੀਂ ਜਨਰੇਸ਼ਨ ਨੇ ਜਿਹੜਾ ਰੀਬਿਲਡ ਕੀਤਾ। ਬਹੁਤ ਸਾਰੇ ਪੇਰੈਂਟਸ ਤਾਂ ਇੱਥੇ ਪਹੁੰਚੇ ਹੀ ਨੇ ਔਰ ਬਹੁਤ ਸਾਰੇ ਬੱਚੇ ਵੀ ਇੱਥੇ ਨੇ, ਇਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ। ਸਰ ਕੀ ਕਹਿਣਾ ਚਾਹੋਗੇ ਮੂਵੀ ਦਾ? ਐਨ ਐਕਸਲੈਂਟ ਮੂਵੀ, ਆਫਟਰ ਲੌਂਗ ਟਾਈਮ ਆਈ ਹੈਵ ਸੀਨ ਦਿਸ ਫੈਮਿਲੀ ਮੂਵੀ, ਰੀਅਲੀ ਵੀ ਇੰਜੋਇਡ ਅ ਲੋਟ। ਦੋਨੋਂ ਨੂੰ ਸ਼ਿਕਸ਼ਾ ਦੀ ਹੈ, ਪੇਰੈਂਟਸ ਵਾਸਤੇ ਵੀ ਇਹ ਗੱਲ ਤਾਰੀਫ ਕਰਨ ਲਾਇਕ ਕੁਝ ਹੈ, ਅਦਰਵਾਇਜ਼ ਆ ਲੋਕ ਕਲਪ ਕੇ ਨਿਕਲਦੇ ਸੀ, ਕੁਝ ਨਹੀਂ ਹੈ, ਕੁਝ ਨਹੀਂ, ਇੱਕ ਬੰਦੇ ਨੂੰ ਕੋਈ ਰਿਐਲਿਟੀ ਨਹੀਂ ਹੁੰਦੀ, ਰਿਐਲਿਟੀ ਦੋਨਾਂ ਨੂੰ ਸ਼ਿਕਸ਼ਾ ਹੈਗੀ ਐਕਚੁਅਲੀ, ਪੇਰੈਂਟਸ ਨੂੰ ਵੀ। ਵੈਰੀ ਗੁੱਡ ਮੂਵੀ, ਵੈਰੀ ਗੁੱਡ, ਇੱਦਾਂ ਹੀ ਬਣਨੀ ਚਾਹੀਦੀ ਹੈ। ਸੋ ਬੱਚੇ ਇੱਥੇ ਤੁਸੀਂ ਦੇਖ ਸਕਦੇ ਹੋ, ਬਹੁਤ ਸਾਰੇ ਪਹੁੰਚੇ ਹੋਏ ਨੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਪੁੱਛੂੰਗੀ ਕਿ ਇਹੋ ਜਿਹਾ ਕਨਸੈਪਟ ਪਹਿਲਾਂ ਤੁਸੀਂ ਸਿਨੇਮਾ ਦੇ ਵਿੱਚ ਦੇਖਿਆ ਕਦੇ? ਨਹੀਂ, ਨੈਵਰ। ਦੇਖੀਆਂ ਮੈਂ ਐਕਸ਼ਨ ਸਾਰੀਆਂ ਦੇਖੀਆਂ ਮੂਵੀ, ਪਰ ਮੈਡਮ ਇਹ ਜ਼ਿਆਦਾ ਇਮੋਸ਼ਨਲ ਸੀਗੀ ਸਾਨੂੰ ਨਾ, ਮਤਲਬ ਕਿ ਅੰਦਰੋਂ, ਮਤਲਬ ਕਿ ਨਾ ਸਾਨੂੰ, ਮਤਲਬ ਪਹਿਲਾਂ ਨਾ ਆਪਾਂ ਦੇਖੀ ਨਹੀਂ ਸੀਗੀ, ਆਪਾਂ ਜ਼ਿਆਦਾਤਰ ਐਕਸ਼ਨ ਹੀ ਮੂਵੀ ਦੇਖਣ ਆਈਆਂ, ਤਾਂ ਕਰਕੇ ਸਾਨੂੰ ਬੜਾ ਸਟੂਡੈਂਟ ਵੀ ਕੈਨ ਰਿਲੇਟ, ਇੰਟਰਸਟਿੰਗ ਮੂਵੀ ਸੀਗੀ, ਫੈਮਿਲੀ ਮੂਵੀ ਸੀਗੀ ਮੈਮ, ਬਹੁਤ ਕੁਝ ਸਿੱਖਣ ਦਾ ਮਿਲਿਆ ਸਾਨੂੰ ਵੀ। ਐਜ਼ ਅ ਸਟੂਡੈਂਟ ਵੀ ਕੈਨ ਰਿਲੇਟ ਦੈਟ ਮੂਵੀ, ਐਂਡ ਲਾਈਕ ਜੈਸੇ ਦੋ ਜਨਰੇਸ਼ਨਸ ਕੇ ਬੀਚ ਮੇ ਕਮਿਊਨੀਕੇਸ਼ਨ ਗੈਪ ਜੋ ਹੋਤਾ ਹੈ, ਤੀਨੋ ਜਨਰੇਸ਼ਨਸ ਜੋ ਹੈ ਉਨਕੇ ਮੇ, ਐਸ ਜੈਨ ਜ਼ੀ ਹਮ ਲੋਗ ਰਿਲੇਟ ਕਰ ਸਕਤੇ ਹੈ ਬਿਨੀ ਸੇ, ਬਿਕਾਜ਼ ਹਮ ਵੀ ਗ੍ਰੈਂਡ ਪੇਰੈਂਟਸ ਕੇ ਸਾਥ ਨਹੀਂ ਵੈਸੇ ਰਹਤੇ, ਸੋ ਦਿਸ ਮੂਵੀ ਮੇਡ ਅਸ ਰਿਲਾਈਜ਼। ਰਿਸਟ੍ਰਿਕਸ਼ਨਸ ਨਹੀਂ ਲੈ ਸਕਤੇ, ਲੇਕਿਨ ਜੈਸੇ ਉਨਨੇ ਪੂਰਾ ਐਕਸਪਲੇਨ ਕੀਆ ਕਿ ਕੈਸੇ ਗ੍ਰੈਂਡ ਪੇਰੈਂਟਸ ਕੇ ਸਾਥ ਹਮ ਆਪਣੇ ਆਪ ਕੋ ਫ੍ਰੈਂਡਲੀ ਬਿਹੇਵੀਅਰ ਕੇ ਸਾਥ ਹਮ ਸਾਰਾ ਮੈਚ ਕਰਕੇ ਵਾਈਬ ਕਰ ਸਕਤੇ ਹੈ, ਤੋ ਦੈਟ ਵਾਸ ਟੂ ਗੁੱਡ, ਮਤਲਬ ਥੋੜ੍ਹਾ ਐਸੇ। ਅਭੀ ਆਪ ਮੇਂ ਸੇ ਕੌਨ ਕੌਨ ਆਪਣੇ ਗ੍ਰੈਂਡ ਪੇਰੈਂਟਸ ਕੇ ਸਾਥ ਰਹਤਾ ਹੈ?
हम सभी रहते हैं। अच्छा तो कैसा रिलेशन है आपका उन सबके साथ? बहुत खराब है, मेरा बहुत खराब है। अच्छा करेगी अब जाके। अच्छा मैं आप सबसे भी पूछूंगी, लेकिन आपका सबसे खराब क्यों है? ग्रैंड पेरेंट्स के साथ तो सब मस्ती करते हैं ना। हाँ जी, बट लाइक जनरेशन गैप की वजह से तो डिस्क्रिमिनेशन आ जाता है एज एन बॉय एंड गर्ल के। तो ग्रैंड डॉटर्स को अलग ट्रीट करते हैं, ग्रैंड सन्स को अलग ट्रीट करते हैं, इसकी वजह से प्रॉब्लम आ जाता है। बट मैं भी लाइक तभी मैंने कहा मैं बिनी से रिलेट करती हूँ, बिकॉज मैं उसी की तरह हूँ बिल्कुल। बट दिस मूवी मेड मी रियलाइज कि मतलब रिस्पेक्ट देनी तो बनती है। सो आई विल जस्ट गो होम एंड अपोलोजाइज कि आप उनको सॉरी बोलोगे और हग करोगे, और आप ऑडियंस के सामने ये भी प्रॉमिस करो अपने पेरेंट्स को कि उनके साथ भी अच्छे से रहोगे। उनके साथ तो मैं अच्छे से ही हूँ। ग्रैंड पेरेंट्स के साथ? हाँ जी, ग्रैंड पेरेंट्स के साथ। ठीक है, तो आप सबका रिलेशन कैसा है? इन्होंने तो बता दिया इनका खराब है। बीच में खराब होता रहता है, बीच बीच में हम भी रिलेट कर पा रहे थे, पर बाद में फिर लाइक सब इक्वल कर लेते हैं हम। बट एक चीज़ आप लोगों ने नोटिस किया इस फिल्म में कि ठीक है हम लोगों को वो जनरेशन गैप की वजह से वो नहीं समझ पाते हैं, लेकिन एट द एंड पेरेंट्स ही समझते, चाहे वो ग्रैंड पेरेंट्स हो चाहे वो पेरेंट्स हो, है ना। जो भी एट द एंड उन्होंने हमें जन्म दिया है तो वो हमारी केयर करेंगे, तो वही सोच के हम भी अपना गुस्सा कम कर लेते हैं। एज ज़्यादा हो जाती है फिर हमारा बनता है कि अब हम उन्हें इंजॉय करवाएं, अब हम उन्हें थोड़ा। तो आप लोगों ने, आप जेन जी जनरेशन के हो, है ना, आप लोगों ने फिल्म देख ली, आपको बहुत अच्छी लगी, आपने अपने जो इमोशंस हैं वो शेयर किए हैं, तो कल ये थिएटर्स में रिलीज़ हो जाएगी, जो और भी लोग देख रहे हैं जो आपकी जनरेशन के स्पेशली, उनको क्या कहना चाहते हो? विल डेफिनेटली रिकमेंड दिस मूवी, दे शुड वॉच फॉर देयर ग्रैंड पेरेंट्स। लाइक जब इसका ट्रेलर आया था हमने देखा था, तो हमें भी क्यूरियोसिटी थी कि नहीं हम जाएंगे देखने, तो और आज फिर लेक्चर्स छोड़ के आए फॉर द मूवी देखने आए। थैंक यू सो मच। और अजकल की जनरेशन जिहड़ियां इस चीज़ां नूं समझ रही है, जो अजकल जनरेशन दे विच गैप आ चुका है, और फिर भी इहो जिहा जिहड़ा माहौल समझना, और इन्हां ने जिवें रियलाइज़ किया कि इन्हां दे ग्रैंड पेरेंट्स नाल इन्हां दा जो रिलेशन है वो थोड़ा ख़राब हो चुका है, पर ये प्रोमिस कर रहे हैं कि ये घर जाके जो इन्हां दे ग्रैंड पेरेंट्स नाल रिलेशन है वो जरूर चंगा बनाएंगे। इन्हां ने भी थोनों जनरेशन अजकल दी है ये थोनों सुजेस्ट कर रहे हैं कि ये मूवी जरूर आके वेखो, तो वाकई ही एक बार ये फिल्म थोनों वेखनी चाहिए है। सो एक बार हूटिंग कर दो फिल्म। थैंक यू सो मच, थैंक यू। सो अज सिनेमा घरां दे विच प्रीमियर बिनी एंड फैमिली का जिहड़ा होया है जलंधर दे विच, प्रिंस जी मेरे नाल ने इस वक्त, और इन्हां दी बदौलत ही अज जिहड़ा एक इन्नी अच्छी मूवी जिहड़ी अजकल दी जनरेशन ने वेखी, और तीनों जनरेशन मैनूं लगता इत्थे मौजूद सीगियां, जेन जी साडे पेरेंट्स वाली जिहड़ी जनरेशन और साडे ग्रैंड पेरेंट्स वाली जनरेशन है। सर सब तो पहला तो मैं थोनों थैंक यू बोलना चाहूँगी कि तुसीं इस फिल्म की स्क्रीनिंग करवाई है जलंधर दे विच, और जनरेशन जिहड़ी जेन जी देख के गई है फिल्म, इमोशनल सी कि सब तो पहले तुसी अपने जज्बात दसो इस फिल्म नूं लैके। एक्चुअली ये मूवी जिहड़ी मेरे बहुत ही प्यारे दोस्त महावीर जैन ते नीतू जैन दी मूवी है, और डिफरेंट कॉन्सेप्ट है, डिफरेंट एक स्टोरी है, जो अजकल एक्शन मार ताड़ और ये सारा कुछ चल रहा है तो थोड़ा जहा हटके है। सो जे असीं संस्कारां दी गल करिए तो माँ बाप दे जो साढ़े पेरेंट्स है उन्होंने अपने ग्रैंड उन्होंने अपने पेरेंट्स ना रिलेशन, और जो छोटे बच्चे है सो उन्होंने अपने ग्रैंड पेरेंट्स ना रिलेशन, उन्होंने थोड़ा जहा डिफरेंट तरीके एक्सप्लेन किया गया, और मैंने लगता है कि ये जो साढ़े माँ प्यो से उन्होंने भी कुछ ये यूनो इस मूवी के अंदर कुछ सीखने है, और जो अजक की यंग जनरेशन है उन्होंने लिए भी इस मूवी बहुत कुछ सीखने है। तो कि एक यूनो एक जनरेशन गैप के जो डिफरेंसिज आ जाते हैं
ਫੈਮਿਲੀ ਦੇ ਵਿੱਚ ਉਹਨੂੰ ਕਿੱਦਾਂ ਅਸੀਂ ਫੈਚ ਅਪ ਕਰ ਸਕਦੇ ਹਾਂ। ਸੋ ਉਹਦੇ ਲਈ ਇੱਕ ਬਹੁਤ ਅੱਛੀ ਡਿਫਰੈਂਟ ਐਂਗਲ 'ਤੇ ਸਟੋਰੀ ਨੂੰ ਬਣਾ ਕੇ ਅਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਔਰ ਬਹੁਤ ਅੱਛਾ ਉਪਰਾਲਾ। ਬਿਲਕੁਲ, ਕਿਉਂਕਿ ਇੱਥੇ ਜਿੰਨੇ ਵੀ ਲੋਕ ਮੌਜੂਦ ਸੀਗੇ ਸਿਨੇਮਾ ਦੇ ਵਿੱਚ, ਚਾਹੇ ਉਹ ਅੱਜ ਕੱਲ੍ਹ ਦੀ ਜਨਰੇਸ਼ਨ ਹੋਏ, ਚਾਹੇ ਉਹ ਪੇਰੈਂਟਸ ਹੋਣ, ਚਾਹੇ ਉਹ ਗ੍ਰੈਂਡ ਪੇਰੈਂਟਸ ਹੋਣ, ਹਰ ਕਿਸੇ ਨੂੰ ਅੱਜ ਕੁਛ ਨਾ ਕੁਛ ਸਿੱਖਣ ਨੂੰ ਮਿਲਿਆ ਇਸ ਮੂਵੀ ਦੇ ਥਰੂ। ਔਰ ਮੈਨੂੰ ਲੱਗਦਾ ਕਿ ਇੱਥੇ ਬੱਚੇ ਜਿਹੜੇ ਮੌਜੂਦ ਸੀਗੇ ਉਹਨਾਂ ਦੇ ਵਿੱਚੋਂ ਤਾਂ ਇਹ ਵੀ ਕਿਹਾ ਗਿਆ ਕਿ ਇਸ ਮੂਵੀ ਨੇ ਸਾਨੂੰ ਰਿਅਲਾਈਜ਼ ਕਰਾਇਆ ਕਿ ਅਸੀਂ ਆਪਣੇ ਗ੍ਰੈਂਡ ਪੇਰੈਂਟਸ ਨੂੰ ਕਿਸੇ ਵੇਲੇ ਉਹ ਬਿਨੀ ਕਰੈਕਟਰ ਦੇ ਨਾਲ ਰਿਲੇਟ ਕਰ ਰਹੇ ਸੀਗੇ ਕਿ ਅਸੀਂ ਵੀ ਕਿਸੇ ਵੇਲੇ ਇਹੋ ਜਿਹਾ ਮਾਹੌਲ ਘਰ ਦੇ ਵਿੱਚ ਹੋ ਜਾਂਦਾ, ਪਰ ਉਹ ਪ੍ਰੋਮਿਸ ਕਰਕੇ ਗਏ ਨੇ ਕਿ ਅਸੀਂ ਵੀ ਜਾ ਕੇ ਅਪੋਲੋਜਾਈਜ਼ ਕਰਾਂਗੇ ਔਰ ਆਪਣੇ ਰਿਲੇਸ਼ਨਸ਼ਿਪ ਜਿਹੜੇ ਪੇਰੈਂਟਸ ਨਾਲ, ਗ੍ਰੈਂਡ ਪੇਰੈਂਟਸ ਨਾਲ, ਉਹਨੂੰ ਬੈਟਰ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂ ਨਹੀਂ, ਬਹੁਤ ਅੱਛਾ, ਮੈਨੂੰ ਵੀ ਬਹੁਤ ਅੱਛਾ ਲੱਗਿਆ ਸਾਰੇ ਯੰਗ, ਸਪੈਸ਼ਲੀ ਯੰਗ ਜਨਰੇਸ਼ਨ ਦੇ ਰਿਵਿਊ ਸੁਣ ਕੇ, ਔਰ ਜੋ ਇੱਥੇ ਯੂਨੋ ਓਲਡ ਏਜ 'ਚ ਆਏ ਸੀਗੇ, ਸੋ ਓਲਡ ਏਜ ਦੇ ਵੀ ਜਿਹੜੇ ਰਿਵਿਊ ਸੁਣ ਕੇ ਮੈਨੂੰ ਖੁਦ ਬਹੁਤ ਅੱਛਾ ਲੱਗਿਆ ਕਿ ਲੋਕਾਂ ਨੂੰ ਇਹ ਮੂਵੀ ਪਸੰਦ ਆ ਰਹੀ ਹੈ। ਔਰ ਮੈਨੂੰ ਹੋਪਫੁਲੀ ਯੂਨੋ ਕਿ ਮੂਵੀ ਜਿਹੜੀ ਅੱਛਾ ਇੱਕ ਬੈਂਚ ਮਾਰਕ ਜਿਹੜਾ ਉਹ ਇਸਟੈਬਲਿਸ਼ ਕਰੇਗੀ, ਮੈਨੂੰ ਇਹ ਬਹੁਤ ਅੱਛੀ ਹਾਈ ਹੋਪਸ ਹੈ ਇਹਦੇ ਉੱਪਰ। ਥੈਂਕ ਯੂ ਸੋ ਮਚ ਸਰ, ਤੁਸੀਂ ਇੰਨੀ ਵਧੀਆ ਕੋਸ਼ਿਸ਼ ਜਿਹੜੀ ਅੱਜ ਸੀਗੀ ਕਿ ਸਕਰੀਨਿੰਗ ਤੁਸੀਂ ਕਰਵਾਈ ਹੈ ਜਲੰਧਰ ਦੇ ਵਿੱਚ, ਔਰ ਇੱਕ ਬਹੁਤ ਅੱਛਾ ਮੈਸੇਜ ਇਸ ਫਿਲਮ ਦੇ ਥਰੂ ਜਾ ਰਿਹਾ, ਤੁਹਾਡੇ ਫਰੈਂਡ ਦੀ ਇਹ ਫਿਲਮ ਹੈ, ਅਸੀਂ ਬੈਸਟ ਵਿਸ਼ਸ ਦਿੰਦੇ ਹਾਂ ਫਿਲਮ ਨੂੰ, ਔਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮੱਚ, ਥੈਂਕ ਯੂ, ਥੈਂਕ ਯੂ। ਸੋ ਅਸੀਂ ਸਾਡੇ ਨਾਲ ਪ੍ਰਿੰਸ ਜੀ, ਜਿਨ੍ਹਾਂ ਨੇ ਅੱਜ ਜਲੰਧਰ ਦੇ ਵਿੱਚ ਇਸ ਫਿਲਮ ਦੀ ਸਕਰੀਨਿੰਗ ਕਰਵਾਈ ਹੈ, ਔਰ ਫਿਲਮ ਜ਼ਰੂਰ ਦੇਖਣ ਲਾਇਕ ਹੈ। ਤਿੰਨੋਂ ਜਨਰੇਸ਼ਨ, ਤੁਸੀਂ ਆਪਣੇ ਪੇਰੈਂਟਸ ਦੇ ਨਾਲ ਆਓ, ਤੁਸੀਂ ਆਪਣੇ ਗ੍ਰੈਂਡ ਪੇਰੈਂਟਸ ਦੇ ਨਾਲ ਆਓ, ਕਿਉਂਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ, ਚਾਹੇ ਉਹ ਜਨਰੇਸ਼ਨ ਜ਼ੀ ਹੈ, ਚਾਹੇ ਪੇਰੈਂਟਸ ਨੇ, ਗ੍ਰੈਂਡ ਪੇਰੈਂਟਸ ਨੇ, ਤਿੰਨੋਂ ਜਨਰੇਸ਼ਨਸ ਨੂੰ ਹੀ ਸਿੱਖਣ ਨੂੰ ਬਹੁਤ ਕੁਝ ਮਿਲੇਗਾ। ਔਰ ਅੱਜ ਕੱਲ੍ਹ ਦੇ ਜਿਹੜੇ ਰਿਸ਼ਤੇ ਫਿੱਕੇ ਪੈ ਰਹੇ ਨੇ ਨਾ, ਮੈਨੂੰ ਲੱਗਦਾ ਕਿ ਉਹਨਾਂ ਦੇ ਵਿੱਚ ਮਿਠਾਸ ਵੀ ਕਿਤੇ ਨਾ ਕਿਤੇ ਇਸੇ ਫਿਲਮ ਨੂੰ ਦੇਖ ਕੇ ਮਿਲੇਗੀ। ਸੋ ਕੱਲ੍ਹ ਸਿਨੇਮਾ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਸੋ ਦੇਖਣਾ ਨਾ ਭੁੱਲਣਾ ਤੁਸੀਂ ਵੀ ਬਿਨੀ ਐਂਡ ਫੈਮਿਲੀ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ।